ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਸਾਲ ਅਕਾਲ ਚੈਨਲ ਨੇ ਜਦੋਂ ਕੁਲਦੀਪ ਨਈਅਰ ਨੇ ਸੰਤ ਜਰਨੈਲ ਸਿੰਘ ਹੋਣਾ ਬਾਰੇ ਜਾਂ ਹੋਰ ਸਿੱਖੀ ਬਾਰੇ, ਸਿੱਖ ਸਿਧਾਂਤਾਂ ਬਾਰੇ, ਖਾਲਸਾ ਪੰਥ ਬਾਰੇ ਬਹੁਤ ਸਾਰੇ ਜਿਹੜੇ ਸ਼ਬਦ ਕਹੇ ਸਨ, ਅਤੇ ਉਦੋਂ ਵੀ ਅਕਾਲ ਚੈਨਲ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਕੇ ਅਤੇ ਉਸਦਾ ਜਿਹੜਾ ਜਵਾਬ ਹੈ ਸੋਰਸਿਸ ਦੇ ਤਹਿਤ ਕੁਲਦੀਪ ਨਈਅਰ ਨੂੰ ਦਿੱਤਾ ਸੀ। ਅਤੇ ਅਸੀਂ ਇਹ ਵੀ ਦੱਸਦੇ ਚੱਲੀਏ ਕਿ ਇੱਕ ਵਾਰ ਫਿਰ ਇਹੀ ਹਰਕਤ ਜਿਹੜੀ ਹੈ ਉਹ ਦੁਬਾਰਾ ਹੋਈ ਹੈ ਰਾਮ ਰਹੀਮ ਨੂੰ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਿੱਛੇ ਜਿਹੇ ਸਜ਼ਾ ਹੋਈ ਹੈ ਉਸ ਮਸਲੇ 'ਤੇ। ਕੁਲਦੀਪ ਨਈਅਰ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਇੰਨੀ ਉੱਚੀ ਸ਼ਖਸੀਅਤ ਨੂੰ, ਉਸਨੇ ਗੁਰਮੀਤ ਰਾਮ ਰਹੀਮ ਜੋ ਕਿ ਇੱਕ ਬਲਾਤਕਾਰੀ ਹੈ ਉਸਦੇ ਨਾਲ ਉਹਨੇ ਜੋੜਿਆ ਹੈ, ਉਸਦੇ ਨਾਲ ਉਹਨੇ ਸੰਮੇਲ ਕੀਤਾ ਹੈ। ਅਸੀਂ ਸਿਰਫ ਜੋ ਉਹਨਾਂ ਨੇ ਗਲਤ ਲਿਖਿਆ ਉਹਦਾ ਜਵਾਬ ਦੇਣਾ, ਲੇਕਿਨ ਸਾਡਾ ਕਿਸੇ ਨਾਲ ਕੋਈ ਜਾਤੀ ਵਿਰੋਧ ਨਹੀਂ ਜੀ। ਹੁਣ ਤੁਹਾਨੂੰ ਅਸੀਂ ਆਰਟੀਕਲ ਦਿਖਾਉਂਦੇ ਹਾਂ ਜਿਹੜਾ ਕਿ ਜਗਬਾਣੀ ਅਖਬਾਰ ਦੇ ਵਿੱਚ ਲੱਗਿਆ ਹੈ ਕੁਲਦੀਪ ਨਈਅਰ ਦਾ। ਉਸ ਦੇ ਵਿੱਚ ਜੋ ਗੱਲਾਂ ਉਹਨੇ ਸੰਤ ਜਰਨੈਲ ਸਿੰਘ ਹੋਣਾ ਬਾਰੇ ਕਹੀਆਂ ਉਹ ਅਸੀਂ ਹੂ ਬਹੂ ਤੁਹਾਡੇ ਸਾਹਮਣੇ ਰੱਖਾਂਗੇ, ਤਾਂ ਕਿ ਤੁਹਾਨੂੰ ਵੀ ਇਹ ਚੀਜ਼ਾਂ ਦਾ, ਸੰਗਤਾਂ ਨੂੰ, ਵਿਊਅਰਸ ਨੂੰ ਇਹ ਪਤਾ ਲੱਗ ਸਕੇ ਕਿ ਕੀ ਸੋਚਣੀ ਹੈ ਇਹੋ ਜਿਹੇ ਬੰਦਿਆਂ ਦੀ। ਗੁਰਮੀਤ ਰਾਮ ਰਹੀਮ ਭਿੰਡਰਾਂ ਵਾਲਾ ਬਣਨ 'ਤੇ ਰਾਹ 'ਤੇ ਸੀ, ਉਹ ਵੀ ਇਹ ਯਕੀਨੀ ਬਣਾਉਂਦਾ ਸੀ ਕਿ ਉਸਨੂੰ ਕੋਈ ਚੁਣੌਤੀ ਨਾ ਦੇਵੇ, ਪਰ ਉਹ ਇੱਕ ਕਾਗਜ਼ੀ ਸ਼ੇਰ ਨਿਕਲਿਆ। ਇਸ ਤੋਂ ਇਲਾਵਾ ਉਸਨੇ ਲਿਖਿਆ ਸੰਤ ਜਰਨੈਲ ਸਿੰਘ ਹੋਣਾ ਬਾਰੇ, ਭਿੰਡਰਾਂ ਵਾਲੇ ਵਾਂਗ ਰਾਮ ਰਹੀਮ ਅੱਤਵਾਦੀ ਨਹੀਂ ਹੋਵੇਗਾ, ਪਰ ਉਸਦੇ ਉਦੇਸ਼ ਇਕਦਮ ਸਪਸ਼ਟ ਸਨ ਕਿਉਂਕਿ ਉਸਨੇ ਆਪਣੇ ਹਿੱਤਾਂ ਲਈ ਸਿਆਸੀ ਕਿਰਪਾ ਦਾ ਇਸਤੇਮਾਲ ਕੀਤਾ। ਇੱਥੇ ਖੇਰਾ ਸਾਹਿਬ ਇਸ ਸਵਾਲ ਦੇ ਵਿੱਚ ਦੋ ਗੱਲਾਂ ਆ ਜਾਂਦੀਆਂ ਕਿ ਰਾਮ ਰਹੀਮ ਅੱਤਵਾਦੀ ਨਹੀਂ ਹੋਏਗਾ ਅਤੇ ਸੰਤ ਜਰਨੈਲ ਸਿੰਘ ਨੂੰ ਇਹ ਸਿੱਧਾ ਅੱਤਵਾਦੀ ਕਹਿ ਰਿਹਾ। ਹੋਰ ਇਹਨੇ ਆਪਣੀ ਭਾਸ਼ਾ ਦੇ ਵਿੱਚ ਕੀ ਲਿਖਿਆ ਤਾਂ ਕਿ ਸਾਡੇ ਵਿਊਅਰਸ ਨੂੰ ਜਿਹੜਾ ਪਤਾ ਲੱਗ ਸਕੇ। ਕੁਲਦੀਪ ਨਈਅਰ ਲਿਖਦਾ ਕਿ 1977 'ਚ ਅਕਾਲੀ ਦਲ ਜਨਤਾ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਅਕਾਲੀ ਦਲ ਪੰਜਾਬ 'ਚ ਆਪਣੀ ਸਥਿਤੀ ਮਜ਼ਬੂਤ ਕਰ ਰਹੇ ਸਨ ਅਤੇ ਕਾਂਗਰਸ ਦਾ ਜਿਹੜਾ ਆਧਾਰ ਉਖਾੜ ਰਹੇ ਸਨ। ਉਸ ਸਮੇਂ ਸੰਜੇ ਗਾਂਧੀ ਅਤੇ ਗਿਆਨੀ ਜੈਲ ਸਿੰਘ ਦੀ ਅਗਵਾਈ ਹੇਠ ਕਾਂਗਰਸ ਨੇ ਅਕਾਲੀਆਂ ਨਾਲ ਟੱਕਰ ਲੈਣ ਲਈ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਚੁਣਿਆ ਅਤੇ ਉਸ ਦਾ ਸਮਰਥਨ ਕੀਤਾ। ਜਦ ਤੱਕ ਇੰਦਰਾ ਗਾਂਧੀ ਨੂੰ ਇਹ ਮਹਿਸੂਸ ਹੋਇਆ, ਉਸਨੇ ਇਹ ਮਹਿਸੂਸ ਕੀਤਾ ਕਿ ਉਹ ਭਸਮਾਸੁਰ ਬਣ ਗਿਆ ਹੈ, ਇੱਕ ਰਾਕਸ਼ਸ ਜੋ ਕਿ ਸੰਤ ਜਰਨੈਲ ਸਿੰਘ ਉਹਨਾਂ ਨੂੰ ਕਿਹਾ ਗਿਆ, ਉਸ ਦੇ ਜਾਣ 'ਤੇ ਦਾ ਸਮਾਂ ਆ ਗਿਆ ਹੈ। ਉਦੋਂ ਤੱਕ ਭਿੰਡਰਾਂ ਵਾਲਾ ਇੰਨਾ ਤਾਕਤਵਰ ਹੋ ਚੁੱਕਾ ਸੀ ਕਿ ਉਸ ਨੂੰ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚੋਂ ਕੱਢਣ ਦਾ ਕੰਮ ਭਾਰਤੀ ਫੌਜ ਨੂੰ ਕਰਨਾ ਪਿਆ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਜੇ ਕੋਈ ਸੰਤ ਜਰਨੈਲ ਸਿੰਘ ਬਾਰੇ ਕਰਦਾ ਹੈ, ਅਸੀਂ ਤੁਹਾਨੂੰ ਇਹ ਸਾਬਤ ਵੀ ਕਰਕੇ ਆਏ ਹਾਂ। ਤੁਸੀਂ ਅਜੇ ਵੀ ਪ੍ਰੋਗਰਾਮ ਜਿਹੜਾ ਅਕਾਲ ਚੈਨਲ ਦੀ ਵੈਬਸਾਈਟ 'ਤੇ ਜਾ ਕੇ ਯੂਟਿਊਬ 'ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਸੰਤ ਜਰਨੈਲ ਸਿੰਘ ਅੱਤਵਾਦੀ ਸੀ ਜਾਂ ਇਨਕਲਾਬੀ ਸੀ, ਉਹ ਧੀਆਂ ਭੈਣਾਂ ਦੀ ਇਸ ਦਾ ਰਾਖਾ ਸੀ ਜਾਂ ਉਹ ਬਲਾਤਕਾਰੀ ਸੀ। ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਅਸੀਂ ਸਿੱਧ ਕਰਕੇ ਦੱਸ ਆਏ ਹਾਂ ਅਤੇ ਹੁਣ ਅਸੀਂ ਇਹ ਕੁਲਦੀਪ ਨਈਅਰ ਨੂੰ ਸਵਾਲ ਪੁੱਛਾਂਗੇ ਕਿ ਇਹ ਤੁਹਾਡਾ ਵਰਬਲ ਟੈਰਰਿਜ਼ਮ ਨਹੀਂ ਹੈ? ਤੁਸੀਂ ਇਸ ਗੱਲ ਦਾ ਸਾਨੂੰ ਜਵਾਬ ਦਿਓ ਜੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ। ਅਸੀਂ ਤੁਹਾਨੂੰ ਇੱਥੇ ਆਪਣੇ ਸਟੂਡੀਓ ਦੇ ਵਿੱਚ ਇਨਵਾਈਟ ਕਰਦੇ ਹਾਂ, ਜੇ ਤੁਹਾਡੇ ਅੰਦਰ ਪੱਤਰਕਾਰੀ ਦੇ ਲਈ ਕੋਈ ਵੀ ਇਮਾਨਦਾਰੀ ਵਾਲੀ ਗੱਲ ਹੈ, ਤੁਸੀਂ ਇੱਥੇ ਆ ਕੇ ਸਾਡੇ ਨਾਲ, ਸਾਡੀ ਸੰਗਤਾਂ ਦੇ ਸਾਹਮਣੇ, ਵਿਊਰਸ ਦੇ ਸਾਹਮਣੇ ਰੂਬਰੂ ਹੋਵੋ, ਲਾਈਵ ਹੋਵੋ, ਜਾਂ ਤੁਸੀਂ ਜਿੱਥੇ ਕਹੋਗੇ ਅਸੀਂ ਉੱਥੇ ਆਉਣ ਲਈ ਤਿਆਰ ਹਾਂ, ਪਰ ਇਸ ਗੱਲ ਦਾ ਜਿਹੜਾ ਜਵਾਬ ਦਿਓ ਕਿ ਇਹ ਗੱਲਾਂ ਦੇ ਤੱਥ ਕੀ ਹਨ ਜੋ ਤੁਸੀਂ ਇਹ ਬੇਬੁਨਿਆਦੀ ਜਿਹੜੀਆਂ ਗੱਲਾਂ ਕੀਤੀਆਂ ਨੇ। ਦੇਖੋ ਜਗਜੀਤ ਸਿੰਘ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਅਸੀਂ ਇਮਾਨਦਾਰੀ ਨਾਲ ਦੇਖਾਂਗੇ ਨਾ ਜੀ, ਕਿ ਸਹੀ ਮਹਿਨਿਆਂ 'ਚ ਸੌਦੇ ਸਾਧ ਬਲਾਤਕਾਰ 'ਚ ਔਰ ਕੁਲਦੀਪ ਨਈਅਰ 'ਚ ਕੋਈ ਫਰਕ ਨਹੀਂ ਹੈ। ਬਿਲਕੁਲ। ਕਿੱਦਾਂ? ਹਾਂਜੀ, ਸੌਦਾ ਸਾਧ ਜਿਹੜਾ ਉਹਨੇ ਭੋਲੀਆਂ ਭਾਲੀਆਂ ਲੜਕੀਆਂ ਨੂੰ ਵਿਸ਼ਵਾਸ 'ਚ ਲਿਆ ਕੇ ਉਹਨਾਂ ਦਾ ਬਲਾਤਕਾਰ ਕੀਤਾ ਜੀ। ਕੁਲਦੀਪ ਨਈਅਰ ਨੇ ਸਿੱਖ ਕੌਮ ਨੂੰ ਮੋਮੋ ਠਗਣੀਆਂ ਗੱਲਾਂ ਕਰ ਕਰਕੇ ਉਹਨਾਂ ਕੋਲ ਸਨਮਾਨ ਵੀ ਲੈ ਰਿਹਾ ਜੀ, ਔਰ ਉਹਨਾਂ ਦਾ ਜਿਹੜਾ ਭਾਈ ਹੀਰੋ ਆ ਜਾਂ ਜਿਹੜਾ ਸੰਘਰਸ਼ ਦਾ ਸਾਡੇ ਦਾ ਇਤਿਹਾਸ 'ਚ ਹੀਰੋ ਆ, ਉਹਨੇ ਉਹਦੇ ਖਿਲਾਫ਼ ਲਿਖ ਕੇ ਸਹੀ ਮਹਿਨਿਆਂ 'ਚ ਆਪਣਾ ਬੁੱਧੀਜੀਵੀ ਦਾ ਜਾਂ ਪੱਤਰਕਾਰੀ ਦਾ ਬਲਾਤਕਾਰ ਕੀਤਾ। ਬਿਲਕੁਲ। ਵਾਰ ਵਾਰ ਕਹਿ ਰਿਹਾ ਕਿ ਸੰਤ ਜਿਹੜਾ ਜਰਨੈਲ ਸਿੰਘ ਸੀ ਉਹ ਅੱਤਵਾਦੀ ਸੀ ਜਾਂ ਉਹਦਾ ਨਾਂ ਅੱਤਵਾਦ ਨਾਲ ਜੁੜਿਆ ਜਾਂਦਾ, ਔਰ ਮੇਨ ਜਿਹੜਾ ਇਹ ਕਹਿ ਰਿਹਾ ਜਾਂ ਸਾਰੇ ਕਹਿ ਰਹੇ ਉਹ ਕੀ ਹੈ ਵੀ ਸੰਤ ਜਰਨੈਲ ਜਿਹੜਾ ਆਪਣੀ ਕਿਤਾਬ 'ਚ ਕਹਿ ਰਿਹਾ। ਹਾਂਜੀ। ਹੁਣ ਮੈਂ ਇੱਕ ਜਗਜੀਤ ਸਿੰਘ ਜੀ ਬੇਨਤ ਕਰਾਂ, ਇਹ ਜਿੰਨੇ ਵੀ ਸਾਡੇ ਆਗੂ, ਅਸੀਂ ਵਾਰ ਵਾਰ ਕਿਤਾਬਾਂ ਦੇ ਹਵਾਲੇ ਕਿਉਂ ਦਿੰਦੇ ਹਾਂ? ਬਿਲਕੁਲ। ਜ਼ੁਬਾਨੀ ਗੁਲਾਮੀ ਗੱਲ ਕੋਈ ਵੀ ਕਹੀ ਜਾਵੇ, ਕੁਛ ਵੀ ਕਹੀ ਜਾਵੇ, ਉਹਦਾ ਕੋਈ ਅਰਥ ਨਹੀਂ ਹੁੰਦਾ ਹੈ। ਅਸੀਂ ਰੈਫਰੈਂਸਿਸ ਦੇ ਨਾਲ ਜਿਹੜੀ ਗੱਲਬਾਤ ਉਹ ਕਰ, ਔਰ ਇਹ ਰੈਫਰੈਂਸ ਦੋਨਾਂ ਬੰਨਿਆਂ ਨੇ ਸਾਡੇ ਸਕਾਲਰਾਂ ਨੇ ਵੀ ਜਿਹੜੇ ਰੱਖੇ ਆ, ਸਾਨੂੰ ਉਹਨਾਂ 'ਤੇ ਵਿਚਾਰ ਕਰਨ ਦੀ ਲੋੜ ਆ ਜੀ। ਮੈਂ ਇਸ ਗੱਲ 'ਤੇ ਆਉਣ ਤੋਂ ਪਹਿਲਾਂ ਇੱਕ ਬੇਨਤੀ ਕਰਾਂ, ਕਿਉਂਕਿ ਇਹਨਾਂ ਨੂੰ ਖੁੱਲ੍ਹੀ ਛੁੱਟੀ ਹੈ ਕਿ ਇਹ ਕਿਤਾਬ 'ਚ ਜੋ ਮਰਜ਼ੀ ਲਿਖਾਉਣ, ਪ੍ਰਕਾਸ਼ਕ ਜਿਹੜੇ ਉਹ ਛਾਪ ਦੇਣਗੇ। ਹਾਂਜੀ। ਪਰ ਜੇ ਕੋਈ ਸਾਡਾ ਸਕਾਲਰ ਛਪਾਉਣੀ ਚਾਹਵੇ ਤਾਂ ਉਹਦੇ ਕੋਲ ਸਾਰੇ ਸਬੂਤ ਮੰਗਣਗੇ ਜੀ ਵੀ ਤੂੰ ਆ ਜਿਹੜੀ ਗੱਲ ਕਹਿੰਦਾ ਇਹਦਾ ਸਬੂਤ ਲਿਆ ਕਿੱਥੇ ਹੈ? ਠੀਕ। ਇਹਦੀ ਮੈਂ ਤੁਹਾਨੂੰ ਮਿਸਾਲ ਦਿੰਦਾ, ਜਿਹੜੀ ਜਰਨਲਿਸਟ ਜਰਨੈਲ ਸਿੰਘ ਨੇ 1984 ਦੇ ਕਤਲੇਆਮ ਦਾ ਸੱਚ
ਜੀ ਉਹ ਇੱਕ ਐਸਾ ਦਸਤਾਵੇਜ਼ ਆ ਜਿਹੜਾ ਅਸੀਂ ਰੱਖ ਕੇ ਗੱਲ ਕਰ ਸਕਦੇ ਹਾਂ ਬਿਲਕੁਲ ਕਿ ਸਾਡੇ ਨਾਲ ਇੱਦਾਂ ਹੋਈ। ਹੁਣ ਇਹਨਾਂ ਨੂੰ ਖੁੱਲ੍ਹੀ ਛੁੱਟੀ ਕੀ ਆ ਵੀ ਕੁਲਦੀਪ ਨਈਅਰ ਜੋ ਮਰਜ਼ੀ ਲਿਖ ਦੇਵੇ ਤੇ ਲੋਚਨ ਸਿੰਘ ਜੋ ਮਰਜ਼ੀ ਲਿਖ ਦੇਵੇ ਇਹਨਾਂ ਕੋਲ ਤੱਥ ਕੋਈ ਨਹੀਂ ਪੁੱਛਦਾ ਬਿਲਕੁਲ। ਪਰ ਦੂਏ ਬੰਨੇ ਇੱਕ ਫਾਇਦਾ ਜ਼ਰੂਰ ਹੈਗਾ ਕਿ ਸਾਡੇ ਸਕਾਲਰਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਜਿਹੜੀਆਂ ਉਹਨਾਂ ਨੂੰ ਚੈਲੇਂਜ ਵੀ ਨਹੀਂ ਹੋਊਗਾ ਜੀ, ਕਿਉਂਕਿ ਉਹਨਾਂ ਨੇ ਤੱਥਾਂ ਦੇ ਆਧਾਰ 'ਤੇ ਸਬੂਤ ਦੇ ਕੇ ਲਿਖੀਆਂ, ਇਸ ਕਰਕੇ ਉਹਨਾਂ ਨੂੰ ਚੈਲੇਂਜ ਵੀ ਨਹੀਂ ਹੋਊਗਾ। ਹੁਣ ਮੈਂ ਇੱਥੇ ਆਉਣ ਲੱਗਾ ਕਿ ਜਿਹੜਾ ਇਹ ਵਾਰ ਵਾਰ ਸਾਰੇ ਉਹਨੂੰ ਕਹਿੰਦੇ ਜੀ ਇਹ ਕਾਂਗਰਸ ਦੀ ਪੈਦਾਇਸ਼ ਸੀ, ਇਹਨੂੰ ਕਾਂਗਰਸ ਨੇ ਅੱਗੇ ਕਰ ਲਿਆ ਜੀ, ਇਹਦੇ ਬਾਰੇ ਜਿਹੜਾ ਸਹੀ ਪੂਰੀ ਜਿਹੜੀ ਤਸਵੀਰ ਖਿੱਚੀ ਹੈ ਉਹਨਾਂ ਨੇ ਇਹਦੇ ਲੇਖ ਦੇ ਜਵਾਬ 'ਚ ਗੁਰਤੇਜ ਉਹਨਾਂ ਨੇ, ਉਹ ਚਾਰ ਕਲਾਈਨਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ। ਪਰ ਆਹ ਜਿਹੜੀ ਵਾਰ ਵਾਰ ਸੰਤ ਜਰਨੈਲ ਸਿੰਘ 'ਤੇ ਲਾਇਆ ਜਾ ਰਿਹਾ ਨਾ ਵੀ ਉਹ ਅਕਾਲੀਆਂ ਤਕੜੇ ਹੋ ਰਹੇ ਸੀ ਜਾਂ ਜਿਹੜਾ ਆਪ ਜੀ ਨੇ ਪਹਿਰਾ ਪੜਿਆ ਜੀ, ਆਹ ਜੋ ਮੈਂ ਪੜ੍ਹਨਾ ਇਹ ਸਾਰੇ ਧਿਆਨ ਨਾਲ ਸੁਣਨਾ ਵੀ ਅਸਲ ਗੱਲ ਵਿੱਚੋਂ ਕੀ ਸੀ। ਬਿਲਕੁਲ, ਉਹਨਾਂ ਨੇ ਲਿਖਿਆ ਸਰਦਾਰ ਗੁਰਤੇਜ ਸੋਹਣਾ ਕਿ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲੇ ਪੰਥ ਦੀ ਉਸ ਵੇਲੇ ਦੀ ਸਰਮੋਰ ਪ੍ਰਚਾਰਕ ਟਕਸਾਲ ਦੇ ਚੌਦਵੇਂ ਮੁਖੀ ਸਨ ਜੀ। ਉਹ ਸਾਰੀ ਉਮਰ ਧਰਮ ਪ੍ਰਚਾਰ ਵਿੱਚ ਰੁੱਝੇ ਰਹੇ, ਉਹਨਾਂ ਨਾ ਕੋਈ ਸਿਆਸੀ ਜਮਾਤ ਬਣਾਈ ਨਾ ਉਹਨਾਂ ਦਾ ਉਸ ਵੇਲੇ ਕੋਈ ਸਿਆਸੀ ਨਿਸ਼ਾਨਾ ਅਪਣਾਇਆ ਜਾਂ ਪ੍ਰਚਾਰਿਆ। ਉਹਨਾਂ ਅਕਾਲੀ ਦਲ ਦੇ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰੋੜਤਾ ਲਈ 27 ਮਈ 1984 ਤੋਂ ਬਾਅਦ ਜੀ ਜਦੋਂ ਮੋਰਚੇ ਦੀ ਗੱਲ ਹੋਈ ਉਦੋਂ ਦੋ ਨਿਰਪੱਖ ਆਦਮੀ ਦਿੱਲੀ ਤੋਂ ਰਵੀ ਸਿੰਘ, ਇੰਡੀਅਨ ਐਕਸਪ੍ਰੈਸ ਦੇ ਜਗਤਾਰ ਸਿੰਘ, ਉਹਨਾਂ ਨੇ ਆ ਕੇ ਪੁੱਛਿਆ ਸੰਤ ਜਰਨੈਲ ਸਿੰਘ ਨੂੰ, ਆ ਮਿਹਰਬਾਨੀ ਕਰਕੇ ਸਾਰੀਆਂ ਲਾਈਨਾਂ ਧਿਆਨ ਦੇਣੀਆਂ। ਔਰ ਸੰਤ ਜਰਨੈਲ ਸਿੰਘ ਨੂੰ ਜਦੋਂ ਪੁੱਛਿਆ ਕਿ ਸਮਝੌਤਾ ਕਿੱਦਾਂ ਹੋ ਸਕਦਾ ਜੀ, ਔਰ ਉਹਨਾਂ ਨੇ ਜਵਾਬ ਦਿੱਤਾ ਕਿ ਦੇਖੋ ਭਾਈ ਇਹ ਮੋਰਚਾ ਅਕਾਲੀਆਂ ਨੇ ਲਾਇਆ ਅਨੰਦਪੁਰ ਦੇ ਮਤੇ ਲਈ, ਅਸੀਂ ਇਹਦੇ ਨਾਲ ਸਹਿਮਤ ਹਾਂ ਜੀ, ਤੁਸੀਂ ਇਉਂ ਕਰੋ ਵੀ ਅਕਾਲੀਆਂ ਦੇ ਨਾਲ ਸਨਮਾਨਕ ਜਾਨ ਸਮਝੌਤਾ ਕਰ ਲਓ, ਅਨੰਦਪੁਰ ਦਾ ਮਤਾ ਮੰਨ ਲਓ, ਮੈਂ 24 ਮਈ 'ਤੇ ਵਾਪਸ ਜਾ ਕੇ ਸਿੱਖੀ ਦੇ ਪ੍ਰਚਾਰ 'ਚ ਜੁੱਟ ਜਾਂਦਾ। ਇਹ ਜਿਹੜਾ ਬਿਆਨ ਸੀਗਾ ਇਹਨੂੰ ਕਲਮਬੰਦ ਕੁਲਦੀਪ ਨਈਅਰ ਨੇ ਵੀ ਕੀਤਾ। ਇਹ ਤੱਥ ਜਾਣਨ ਵਾਲਾ ਹਰ ਮਾਮੂਲੀ ਸੂਝ ਬੂਝ ਰੱਖਣ ਵਾਲਾ ਮਨੁੱਖ ਸਮਝ ਸਕਦਾ ਹੈ ਕਿ ਸੰਤਾਂ ਦਾ ਕੋਈ ਸਿਆਸੀ ਟੀਚਾ ਉਦੋਂ ਨਹੀਂ ਸੀ ਜੀ, ਸਿਆਸੀ ਨਿਸ਼ਾਨਾ ਉਹਨਾਂ ਦੇ ਗੜ ਮਲਣਾ ਅਕਾਲੀਆਂ ਦੀ ਅਤੇ ਕਾਂਗਰਸ ਦੀ ਮਿਲੀ ਭੁਗਤ ਰਾਹੀਂ ਸਿਰਜਿਆ ਹੋਇਆ ਚੱਕਰ ਵਿਊ ਸੀ ਜਿਹੜਾ ਧਰਮ ਦੇ ਪ੍ਰਚਾਰਕ ਨੂੰ ਘੇਰ ਕੇ ਮਾਰਨ ਦੀ ਮਨਸ਼ਾ ਅਤੇ ਨਿਰੰਕਾਰੀਆਂ ਨੂੰ ਖੁੱਲ੍ਹੀ ਖੇਡ ਦੇਣ ਦੇ ਨਾਂ ਪਾਕ ਇਰਾਦੇ ਨੂੰ ਇੰਜਾਮ ਦੇਣ ਲਈ ਆਜ਼ਾਦ ਕੀਤਾ ਗਿਆ ਜੀ। ਸੰਤ ਜਰਨੈਲ ਸਿੰਘ ਨੂੰ ਘੇਰ ਕੇ ਮਾਰਨ ਦਾ ਇਹ ਤਰੀਕਾ ਉਹਨਾਂ ਨੇ ਬਣਾਇਆ ਇਹਨਾਂ ਨੂੰ ਸਿਆਸਤ 'ਚ ਇੱਧਰ ਨੂੰ ਲੈਣ ਦਾ, ਬਈ ਅਕਾਲੀ ਵੀ ਅਤੇ ਕਾਂਗਰਸ ਵੀ ਜੀ, ਇਹ ਦੋਨੋਂ ਚਾਹੁੰਦੇ ਸੀ ਵੀ ਨਿਰੰਕਾਰੀ ਜਿਹੜੇ ਆ ਇਹਨਾਂ ਨੂੰ ਜਿਹੜੀ ਖੁੱਲ੍ਹੀ ਆ ਇਹ ਖੁੱਲ੍ਹ ਖੇਡ ਦੇਣੀ ਚਾਹੀਦੀ ਆ। ਔਰ ਨਿਰੰਕਾਰੀਆਂ ਦੇ ਨਾਲ ਮੇਨ ਵਿਰੋਧ ਜਿਹੜਾ ਸੀਗਾ ਉਹ ਹੁਣ ਸੰਤ ਜਰਨੈਲ ਸਿੰਘ ਨੇ ਕਰਨਾ ਸੀ, ਕਿਉਂ ਕਿ ਜੇ ਸਹੀ ਮੈਨੇਜ ਦੇਖੋਗੇ ਨਾ ਜੀ ਦਰਬਾਰ ਸਾਹਿਬ 'ਤੇ ਹਮਲੇ ਦਾ ਮੁੱਢਲਾ ਕਾਰਨ ਕੀ ਹੈ ਹਾਂਜੀ, ਉਹ ਆ ਜਿਹੜਾ ਟੈਗੋਰ ਨੇ ਵਿਰੋਧ ਕੀਤਾ ਸੀਗਾ ਇਸ ਗੱਲ ਦਾ ਵੀ ਗੁਰੂ ਗੋਬਿੰਦ ਸਿੰਘ ਨੇ ਬਹੁਤ ਗਲਤੀ ਕੀਤੀ ਜਿਹੜੀ ਸਿੱਖਾਂ ਨੂੰ ਇਹ ਕਿਤਾਬ ਦੇ ਲੜ ਲਾਤਾ ਜੀ। ਗੁਰੂ ਗ੍ਰੰਥ ਗੁਰੂ ਪੰਥ ਦੀ ਵਿਰੋਧਤਾ ਦਾ ਕਾਰਨ ਬਣਿਆ ਦਰਬਾਰ ਸਾਹਿਬ 'ਤੇ ਫੌਜੀ ਹਮਲਾ, ਕਿ ਉਹ ਕਹਿੰਦੇ ਕਿ ਦੇਹਧਾਰੀ ਗੁਰੂ ਜਿਹੜਾ ਇਹ ਵੱਡਾ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੁੱਕਤ ਨਹੀਂ, ਇੱਥੋਂ ਗੱਲ ਜਿਹੜੀ ਉਹ ਸ਼ੁਰੂ ਹੁੰਦੀ ਹੈ ਹਾਂਜੀ। ਦੂਸਰੀ ਗੱਲ ਕੀ ਹੈ ਕਿ ਇੰਦਰਾ ਗਾਂਧੀ 1977 ਦੀ ਆਪਦੀ ਹਾਰ ਦਾ ਜਾਂ ਐਮਰਜੈਂਸੀ ਦਾ ਬਦਲਾ ਲੈਣਾ ਚਾਹੁੰਦੀ ਸੀ। ਔਰ ਇੱਥੇ ਜਗਤੀਰ ਸਿੰਘ ਜੀ ਜਿਹੜੀ ਨੋਟ ਕਰਨ ਵਾਲੀ ਗੱਲ ਆ ਵੀ ਸੰਤ ਜਰਨੈਲ ਸਿੰਘ ਤੋਂ ਪਹਿਲਾਂ ਵੀ ਜਿਹੜੇ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਜੀ ਹਾਂਜੀ, ਉਹਨਾਂ ਦੇ ਸਾਹਮਣੇ ਸਿੱਖ ਕੌਮ ਦਾ ਸਿਰ ਝੁਕਦਾ ਰਹੂ ਬਿਲਕੁਲ। ਉਹਨਾਂ ਨੇ ਉਸ ਵੇਲੇ 37 ਜਲੂਸ ਕੱਢੇ ਸੀ ਐਮਰਜੈਂਸੀ ਦੇ ਖਿਲਾਫ ਹਾਂਜੀ, ਔਰ ਸੰਤ ਕਰਤਾਰ ਸਿੰਘ ਉਹ ਸੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਦਿੱਲੀ ਬੰਗਲਾ ਸਾਹਿਬ ਭਰੇ ਦਰਬਾਰ 'ਚ ਕਹਿਤਾ ਸੀ ਵੀ ਜੇ ਗੁਰੂ ਤੇਗ ਬਹਾਦਰ ਸ਼ਹਾਦਤ ਨਾ ਦਿੱਤੇ ਤਾਂ ਤੂੰ ਅੱਜ ਰਾਜ ਨਾ ਕਰਦੀ ਬਿਲਕੁਲ, ਇਹ ਉਹਨਾਂ ਦੀ ਯੁਰਤ ਸੀ ਬਿਲਕੁਲ। ਉਸ ਯੁਰਤ ਨੂੰ ਬਰਕਰਾਰ ਰੱਖਿਆ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਬਿਲਕੁਲ।